ਪਾਸਟਰ ਜੀ, ਇਸ ਬ੍ਰਦਰ ਦਾ ਨਾਂ ਸ਼ਿਵ ਕੁਮਾਰ ਆ ਔਰ ਇਹ ਜਾਜੇ ਦੇ ਰਹਿਣ ਵਾਲੇ ਨੇ। ਇਹ ਦੱਸ ਰਹੇ ਨੇ ਕਿ 7 ਮਹੀਨੇ ਪਹਿਲਾਂ ਇਹਨਾਂ ਨੂੰ ਅਟੈਕ ਆਇਆ ਔਰ ਇਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਔਰ ਇਹ ਦੱਸ ਰਹੇ ਨੇ ਕਿ ਉਸ ਤੋਂ ਬਾਅਦ ਟੀਵੀ ਦੀ ਬਿਮਾਰੀ ਆ ਗਈ ਔਰ ਇਹ ਦੱਸ ਰਹੇ ਨੇ ਕਿ ਜਦ ਟੀਵੀ ਦੀ ਬਿਮਾਰੀ ਆਈ ਤਾਂ ਮੇਰਾ ਚੱਲਣਾ ਫਿਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਔਰ ਇਹ ਦੱਸ ਰਹੇ ਨੇ ਕਿ ਮੈਂ ਵਾਕਰ ਦੇ ਨਾਲ ਚੱਲਦਾ ਸੀ 2 ਮਹੀਨੇ ਪਹਿਲਾਂ ਔਰ ਜਦ ਮੈਂ ਉਦਾਂ ਚੱਲਦਾ ਸੀ ਤਾਂ ਮੈਨੂੰ ਡਰ ਲੱਗਦਾ ਸੀ ਔਰ ਇਹ ਜਦ ਦੱਸ ਰਹੇ ਨੇ ਕਿ ਜਦ ਚਰਚ ਦੇ ਵਿੱਚ ਆਏ ਤਾਂ ਤੁਸੀਂ ਇਹਨਾਂ ਦੇ ਉੱਤੇ ਹੱਥ ਰੱਖ ਕੇ ਪ੍ਰੇਅਰ ਕੀਤੀ ਔਰ ਇਹ ਦੱਸ ਰਹੇ ਨੇ ਕਿ ਮੇਰਾ ਡਰ ਉਸ ਵਕਤ ਦੂਰ ਹੋ ਗਿਆ ਅਤੇ ਮੈਂ ਵਾਕਰ ਤੋਂ ਬਿਨਾਂ ਚੱਲਿਆ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਅੱਜ ਪਰਮੇਸ਼ਵਰ ਨੇ ਮੈਨੂੰ ਚੰਗਾ ਕਰ ਦਿੱਤਾ ਹੈ। ਅਟੈਕ ਆਉਣ ਤੋਂ ਬਾਅਦ ਤੁਸੀਂ ਵਾਕਰ ਦੇ ਉੱਪਰ ਆ ਕੇ ਚੱਲ ਨਹੀਂ ਪਾਉਂਦੇ ਸੀ? ਹਾਂਜੀ, 2.5 ਮਹੀਨੇ ਹੋ ਗਏ ਜੀ। 2.5 ਮਹੀਨੇ ਹੋ ਗਏ ਵਾਕਰ ਚੱਲਦੇ ਪਏ? ਹਾਂਜੀ। ਕੀ ਹੋਇਆ ਤੁਹਾਨੂੰ? ਟੀਵੀ ਹੋਈ ਲੱਤ। ਟੀਵੀ ਲੱਤ ਨੂੰ ਹੱਡੀ ਨੂੰ? ਲੱਤ ਨੂੰ, ਲੱਤ ਹੱਡੀ ਨੂੰ, ਰੀੜ੍ਹ ਦੀ ਹੱਡੀ ਨੂੰ ਟੀਵੀ ਹੋਈ? ਹੱਡੀ ਨੂੰ, ਲੱਤ ਵਿੱਚ ਰੇਸ਼ਾ ਪੈ ਗਿਆ, ਪੱਸ ਪੈ ਗਈ ਬਹੁਤ। ਰੀੜ੍ਹ ਦੀ ਹੱਡੀ 'ਚ ਟੀਵੀ ਹੋਈ ਔਰ ਲੱਤ ਵਿੱਚ ਪੱਸ ਪੈ ਗਈ। ਤੁਸੀਂ ਉਹਦੇ ਨਾਲ ਚੱਲ ਨਹੀਂ ਪਾਉਂਦੇ ਸੀ? 2.5 ਮਹੀਨੇ ਤੋਂ। 2.5 ਮਹੀਨੇ ਔਰ ਵਾਕਰ ਲੈ ਕੇ ਚੱਲਦੇ ਹੋ? ਤੁਸੀਂ ਮੈਨੂੰ ਹੁਣ ਵੀ ਕਿਹਾ ਕਿ ਮੈਂ ਬਿਨਾਂ ਸਹਾਰੇ ਚੱਲ ਨਹੀਂ ਸਕਦਾ, ਚੱਲ ਕੇ ਦਿਖਾਓ। ਮੇਰਾ ਯਿਸੂ ਤੂਫਾਨੋਂ ਕਾ ਤੂਫਾਨ ਹੈ, ਮੈਂ ਕਿਉਂ ਘਬਰਾਉ? ਮੇਰਾ ਯਿਸੂ ਤੂਫਾਨੋਂ ਕਾ ਤੂਫਾਨ ਹੈ, ਪਾਪੇ ਮੈਂ ਡੁਬਾ ਦਾ ਮੈਂ ਮੁਝੇ ਮੇਰੇ ਯਿਸੂ ਨੇ ਚੰਗਾ ਕੀਆ, ਪਾਪੇ ਮੈਂ ਡੁਬਾ ਦਾ ਮੈਂ ਮੁਝੇ ਮੇਰੇ ਯਿਸੂ ਨੇ ਚੰਗਾ ਕੀਆ, ਅਸੀਂ ਫਿਰ ਗੁਰੂ ਨਾਨਕ ਮਿਸ਼ਨ ਛੱਡ ਕੇ ਅਸੀਂ ਕਰਨਾ ਰੋਡ 'ਤੇ ਕਸ਼ਮੀਰ ਸਿੰਘ 'ਤੇ ਲੈ ਕੇ, ਉਹਨਾਂ ਨੇ ਕਿਹਾ, ਉਹਨਾਂ ਨੇ ਆਈ ਸੀ ਯੂ 'ਚ ਰੱਖਿਆ ਸ਼ਨੀਵਾਰ ਨੂੰ, ਅਤੇ ਐਤਵਾਰ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਮਰੀਜ਼ ਨੂੰ ਘਰ ਲੈ ਜਾਓ, ਅਤੇ ਮਰੀਜ਼ ਤੁਹਾਡਾ ਕੁਝ ਪਲਾਂ ਦਾ ਮਹਿਮਾਨ ਹੈ,
ਦੋ ਦਿਨ ਰਹਿ ਜੇ ਘੰਟਾ ਰਹਿ ਜੇ ਆਪਣੇ ਪਰਿਵਾਰ 'ਚ ਜਾਣ ਜਾਵੇ ਤਾਂ ਬਿਹਤਰ ਹੈ। ਅਸੀਂ ਡਾਕਟਰਾਂ ਦੀ ਮਿਹਨਤ ਕੀਤੀ ਕੀ ਕਿਹਾ ਉਹਨਾਂ ਨੇ ਆਪਣੇ ਪਰਿਵਾਰ 'ਚ ਜਾਣ ਜਾਵੇ ਤਾਂ ਬਿਹਤਰ ਹੈ। ਕਿੱਦਣ ਕਿਹਾ? 3 ਤਰੀਕ ਨੂੰ, 5 ਤਰੀਕ ਨੂੰ ਐਤਵਾਰ, 5 ਤਰੀਕ ਐਤਵਾਰ। ਓਕੇ, ਫਿਰ ਅਸੀਂ ਘਰ ਲੈ ਕੇ ਆਏ ਇਹਨਾਂ ਨੂੰ, ਆਕਸੀਜਨ ਲੱਗੀ ਹੋਈ ਸੀ, ਆਕਸੀਜਨ ਲਾ ਕੇ ਘਰ ਲੈ ਕੇ ਆਏ ਅਤੇ ਇਹਨਾਂ ਦੀ ਹਾਲਤ ਬਹੁਤ ਸੀ। ਇਹ ਮੈਨੂੰ ਕਹਿਣ ਵੀ ਰੱਜੀ ਕਹਿੰਦਾ ਮੈਂ ਚੱਲ ਜਾਣਾ, ਕਹਿੰਦਾ ਨਿਆਣਿਆਂ ਦਾ ਧਿਆਨ ਰੱਖੀ, ਕੋਈ ਨਹੀਂ ਅਸੀਂ ਪਰਮੇਸ਼ੁਰ ਸਾਡੇ ਨਾਲ। ਮੈਂ ਪ੍ਰੇਅਰ ਕਰਾਉਂਦੀ ਰਹੀ, ਮੈਂ ਜਿੱਦਾਂ ਦੇ ਬਿਮਾਰ ਸੀ ਮੈਂ ਪ੍ਰੇਅਰ ਕਰਾਉਂਦੀ ਰਹੀ, ਮੈਂ ਕਦੀ ਨਹੀਂ ਇਹਨਾਂ ਦੀ ਪ੍ਰੇਅਰ ਤੋਂ ਬਗੈਰ ਰੱਖਿਆ। ਪਰ ਜਿੱਦਣ ਮੈਂ ਤਾਸ ਦੀ ਤੁਹਾਡੇ ਤੋਂ ਆਈ, ਸੋਮਵਾਰ ਬਹੁਤ ਮੀਂਹ ਪੈ ਰਿਹਾ ਸੀ, ਮੈਂ 2-3 ਵਾਰੀ ਗੇੜੇ ਮਾਰੇ, ਪਰ ਮੈਨੂੰ ਸੋਮਵਾਰ ਤੁਸੀਂ ਆਏ, ਮੈਨੂੰ ਘਰ ਪ੍ਰੇਅਰ ਕੀਤੀ। ਉਸ ਦਿਨ ਤੋਂ ਇਹਨਾਂ ਨੂੰ ਸਾਹ ਨਹੀਂ ਚੜਿਆ, ਕੋਈ ਵੀ ਪ੍ਰੋਬਲਮ ਨਹੀਂ ਆਈ। ਉਸ 5 ਤਰੀਕ ਨੂੰ ਡਾਕਟਰਾਂ ਨੇ ਕਿਹਾ ਘਰ ਲੈ ਜਾਓ, ਔਰ ਇਹਦੀ ਜਾਨ ਨਿਕਲੇ ਤੇ ਘਰ ਚ ਨਿਕਲੇ। ਹਾਂਜੀ ਹਾਂਜੀ, 6 ਤਰੀਕ ਤੁਹਾਡੇ ਕੋਲ ਅਸੀਂ ਪ੍ਰਾਰਥਨਾ ਕਰਨ ਲੱਗੇ। ਹਾਂਜੀ ਹਾਂਜੀ, ਅੱਜ ਕਿੰਨੇ ਦਿਨ ਹੋ ਗਏ? 20 ਦਿਨ ਹੋ ਗਏ। ਹਾਂਜੀ ਹਾਂਜੀ, ਕੋਈ ਜਾਨ ਨਹੀਂ ਨਿਕਲੀ? ਨਹੀਂ ਨਿਕਲੀ। ਓਕੇ, ਇਸ ਕੰਜਾ ਕਿਉਂ ਫੜਿਆ ਸੀ ਇਹਨਾਂ ਨੇ? ਹਾਂਜੀ, ਇਹਨਾਂ ਨੂੰ ਟੀਵੀ ਸੀ, ਹੱਡੀਆਂ ਦੀ, ਹੱਡੀਆਂ ਦੀ ਟੀਵੀ ਸੀ। ਹਾਂਜੀ ਹਾਂਜੀ, ਓਕੇ, ਤਾਂ ਚੱਲਣਾ ਮੁਸ਼ਕਲ ਸੀ? ਹਾਂਜੀ, ਇਹਨਾਂ ਦੀ ਲੱਤ ਸੁੱਜ ਗਈ, ਪੈਰ ਬਹੁਤ ਮੋਟਾ ਹੋ ਗਿਆ ਜੀ। ਜਿੱਦਣ ਤੁਸੀਂ ਪ੍ਰੇਅਰ ਕੀਤੀ ਉਦੋਂ ਤੋਂ ਪੈਰ ਇਹਨਾਂ ਦਾ ਬਿਲਕੁਲ ਠੀਕ ਠਾਕ ਹੈ। ਔਰ ਹੁਣ ਅੱਜ ਚੱਲ ਰਹੇ ਹਾਂ? ਹਾਂਜੀ ਹਾਂਜੀ। ਕਿਹਦੀ ਮਹਿਮਾ ਕਰੋਗੇ? ਪ੍ਰਭੂ ਯਿਸੂ ਮਸੀਹ, ਪ੍ਰਭੂ ਯਿਸੂ ਦੀ ਮਹਿਮਾ ਕਰਾਂਗੇ। ਡਾਕਟਰ ਕਹਿੰਦੇ ਜਾਨ ਨਿਕਲੇ ਤਾਂ ਆਪਣੇ ਘਰ 'ਚ ਨਿਕਲੇ, ਹੋਸਪਿਟਲ 'ਚ ਨਿਕਲੇ, ਲੇਕਿਨ ਯਿਸੂ ਮਸੀਹ ਦੇ ਕਦਮਾਂ ਵਿੱਚ ਆਉਣ ਤੋਂ ਬਾਅਦ ਦੇਖੋ ਅੱਜ 20 ਦਿਨ ਹੋ ਗਏ ਬੰਦਾ ਜਿਉਂਦਾ ਖੜਾ ਹੈ। ਯਿਸੂ ਜਿਉਂਦਾ ਹੈ, ਹਾਲੇਲੂਇਆ। ਹੋਏ ਉਹ ਦੀ ਲੋਕਾਂ ਵਿੱਚ ਦੇਣੀ ਮੈਂ ਗਵਾਈ ਕਿ ਨੱਚਣੇ ਨੂੰ ਦਿਲ ਕਰਦਾ। ਚਲੋ, ਉਹਦੇ ਲੋਕਾਂ ਵਿੱਚ ਦੇਣੀ ਮੈਂ ਗਵਾਈ ਕਿ ਨੱਚਣੇ ਨੂੰ ਦਿਲ ਕਰਦਾ, ਨੱਚਣੇ ਨੂੰ ਦਿਲ ਕਰਦਾ, ਨੱਚਣੇ ਨੂੰ ਦਿਲ ਕਰਦਾ, ਨੱਚਣੇ ਨੂੰ ਦਿਲ ਕਰਦਾ, ਨੱਚਣੇ ਨੂੰ ਦਿਲ ਕਰਦਾ। ਖੁਸ਼ੀ ਮੈਨੂੰ ਯਿਸੂ ਨੇ ਵਧਾਈਏ, ਇਹ ਖੁਸ਼ੀ ਵਿੱਚ ਅੱਖ ਮਾਰੇ ਆਈਏ, ਹਾਏ ਖੁਸ਼ੀ ਮੈਨੂੰ ਯਿਸੂ ਨੇ ਵਧਾਈਏ, ਇਸੇ ਖੁਸ਼ੀ ਵਿੱਚ ਅੱਖ ਮਾਰੇ ਆਈਏ, ਹਰ ਖੁਸ਼ੀ ਮੈਨੂੰ ਯਿਸੂ ਨੇ ਵਧਾਈਏ, ਇਸੇ ਖੁਸ਼ੀ ਵਿੱਚ ਅੱਖ ਮਾਰੇ ਆਈਏ, ਹਰ ਖੁਸ਼ੀ ਮੈਨੂੰ ਯਿਸੂ ਨੇ ਵਧਾਈਏ, ਇਸੇ ਖੁਸ਼ੀ ਵਿੱਚ ਅੱਖ ਮਾਰੇ ਆਈਏ। ਉਹਦੇ ਲੋਕਾਂ ਵਿੱਚ ਦੇਣੀ ਮੈਂ ਗਵਾਈਏ, ਨੱਚਣੇ ਨੂੰ ਦਿਲ ਕਰਦਾ, ਉਹਦੇ ਲੋਕਾਂ ਵਿੱਚ ਦੇਣੀ ਮੈਂ ਗਵਾਈਏ, ਨੱਚਣੇ ਨੂੰ ਦਿਲ ਕਰਦਾ। ਜਿਹੜਾ ਪਲਾਂ ਵਿੱਚ ਜਾਂਦੀ ਜਾਨ ਨੂੰ ਰੋਕ ਸਕਦਾ ਹੈ ਉਹ ਪ੍ਰਭੂ ਯਿਸੂ ਮਸੀਹ ਹੈ। ਹਾਲੇਲੂਇਆ। ਹੱਡੀਆਂ ਦੀ ਟੀਵੀ ਕੋਈ ਆਮ ਬਿਮਾਰੀ ਨਹੀਂ ਹੈ, ਬੜੀ ਖਤਰਨਾਕ ਬਿਮਾਰੀ ਹੈ, ਲੇਕਿਨ ਯਿਸੂ ਮਸੀਹ ਦੇ ਲਈ ਕੁਛ ਵੀ ਅਸੰਭਵ ਨਹੀਂ ਹੈ। ਹਾਲੇਲੂਇਆ। ਇਹਦੀ ਰਿਪੋਰਟਸ ਕਰਾਓ, ਟੀਵੀ ਜਾ ਚੁੱਕੀ ਹੈ, ਰਿਪੋਰਟ ਨੋਰਮਲ ਆਏਗੀ ਔਰ ਇਹ ਬੱਚਾ ਕੰਮ ਕਰੇਗਾ, ਵਧੇਗਾ, ਫੁੱਲੇਗਾ ਔਰ ਪ੍ਰਭੂ ਦੇ ਗੁਣ ਗਾਏਗਾ। ਤਾਰੀਫ ਗੁਰੂ ਸਾਹਿਬ ਮੇਰੀ ਜੋਰ ਸੇ।